ਦੱਸ ਦਈਏ ਕਿ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤਾਂ ਹੁਣ ਇਸ ਨੌਜਵਾਨ ਦੇ ਘਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਲੇ ਵੀ ਇਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿਉਂਕਿ ਹਾਲੇ 8 ਮਹੀਨੇ ਪਹਿਲਾਂ ਹੀ ਇਹ ਨੌਜਵਾਨ ਕੈਨੇਡਾ ਗਿਆ ਸੀ ਅਤੇ ਜਿਵੇਂ ਹੀ ਇਹਨਾਂ ਨੂੰ ਇਸ ਦੇ ਕਤਲ ਦੀ ਸੂਚਨਾ ਮਿਲਦੀ ਹੈ ਤਾਂ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਰੋ ਰੋ ਕੇ ਇਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਦੱਸ ਦਈਏ ਕਿ ਨੌਜਵਾਨ ਐਡਮਿੰਟਨ ਦੇ ਡਾਊਨਟਾਊਨ ਦੇ ਵਿੱਚ ਰਹਿੰਦਾ ਸੀ ਜਿੱਥੇ ਇਹ ਵਾਰਦਾਤ ਹੋਈ ਹੈ ਤਾਂ ਪੁਲਿਸ ਦੇ ਵੱਲੋਂ ਇੱਕ 40 ਸਾਲ ਦੇ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿੱਥੇ ਇਹ ਕਤਲ ਕਰਨ ਤੋਂ ਬਾਅਦ ਮੌਕੇ 'ਤੇ ਹੀ ਖੜਾ ਰਹਿੰਦਾ ਤਾਂ ਉਸਦੇ ਵੱਲੋਂ ਆਪਣਾ ਜੁਰਮ ਵੀ ਕਬੂਲਿਆ ਗਿਆ। ਤਾਂ ਦੱਸ ਦਈਏ ਕਿ ਨੌਜਵਾਨ ਮਲੇਰਕੋਟਲਾ ਦੇ ਪਿੰਡ ਬਟਲਾ ਦਾ ਸੀ ਤਾਂ ਆਪਣੇ ਚੰਗੇ ਭਵਿੱਖ ਦੇ ਲਈ ਇਹ 8 ਮਹੀਨੇ ਪਹਿਲਾਂ ਹਾਲੇ ਕੈਨੇਡਾ ਗਿਆ ਸੀ। ਛੋਟੀ ਉਮਰ ਦੇ ਵਿੱਚ ਹੀ ਇਸ ਨੂੰ ਕੈਨੇਡਾ ਭੇਜ ਦਿੱਤਾ ਗਿਆ ਜਿੱਥੇ ਕਿ ਇਸ ਦਾ ਕਤਲ ਕਰ ਦਿੱਤਾ ਗਿਆ ਤਾਂ ਹੁਣ ਇਸ ਦੇ ਪਰਿਵਾਰ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਟਨਾ ਜੀ ਸੰਤਾ ਜੀ ਉਹਨੂੰ ਆ ਕੇ ਮੈਸੇਜ ਆਇਆ ਜੀ ਇਹ ਗੱਲ ਦਾ ਕਿ ਤੁਹਾਡੇ ਬੇਟੇ ਦਾ ਕਤਲ ਹੋ ਗਿਆ ਜੀ। ਅਤੇ ਇਨਵਾਈਟਾਂ 'ਤੇ ਜੀ ਬੇਟਾ ਹੈ ਜੀ ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਘਰੋਂ ਗਿਆ 7 ਦੀ ਫਲਾਈਟ 'ਤੇ ਜੀ ਇਹਦੀ ਅਤੇ ਸਾਰੇ 8 ਕੁ ਮਹੀਨੇ ਹੋਇਆ ਪਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਆਪਾਂ ਤਾਂ ਵਧੀਆ ਡਿਗਰੀ ਕਰਾ ਕੇ ਉਹਨੂੰ ਬੱਚੇ ਨੂੰ ਭੇਜੀਏ ਉਹਨੂੰ ਉਹਦੇ ਬਾਰੇ ਨੌਲੇਜ ਆਵੇ ਜਿਹੜਾ ਆਪਾਂ ਪਲੱਸ 2 ਤੋਂ ਬਾਅਦ ਬੱਚਾ ਭੇਜਦੇ ਹਾਂ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾ ਉਹਨੂੰ ਆਪਦੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਪਤਾ ਨਹੀਂ ਆ ਵੀ ਉਹਦਾ ਕੀ ਕਰ ਦੇਵੇ ਆਪਣਾ ਬੱਚਾ ਇਸੇ ਕਰਕੇ ਉਹਨੇ ਭਰੋਸੇ 'ਚ ਲੈ ਕੇ ਕਤਲਾ ਕੀਤਾ ਗਿਆ। ਪਤਾ ਲੱਗਿਆ ਤਾਂ ਹੁਣ ਤੱਕ ਜਾਣਕਾਰੀ ਮਿਲੀ ਕਿਵੇਂ? ਸਾਨੂੰ ਤਾਂ ਜੀ ਇੱਥੋਂ ਜਾਣਕਾਰੀ ਇਹ ਮਿਲੀ ਹੈ ਜੀ ਉਹ ਟ੍ਰਿਮ 'ਤੇ ਕੰਮ ਕਰਦਾ ਅਤੇ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚੋਂ ਉਹਦੀ ਜ਼ਿੰਮੇਵਾਰੀ ਆ ਵੀ ਟਰਾਲੇ 'ਚੋਂ ਸਮਾਨ ਲਾਹੁਣ ਦੀ ਥੱਲਿਓਂ ਉਹ ਤਾਂ ਕੁਦਰਤੀ ਵੀ ਉਹਨੇ ਬੜਿਆ ਬੜੂ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਟਰਾਲੇ ਦੇ ਵਿੱਚ ਵਾੜ ਲਿਆ ਟਰਾਲੇ ਦੇ ਵਿੱਚ ਵਾੜ ਕੇ ਉਹਨੇ ਕਤਲ ਕਰ ਦਿਆ ਉਹਦਾ ਕਤਲ ਕਰਕੇ ਬਾਹਰੇ ਸਿੱਟ ਕੇ ਕਹਿੰਦਾ ਵੀ ਮੇਤੋਂ ਬਾਈ ਵਾੜ ਮੇਤੋਂ ਇਹਦਾ ਕਤਲ ਹੋ ਗਿਆ ਆਪ ਉਹਨੇ ਮਨਜ਼ੂਰ ਕਰਿਆ ਮਤਲਬ ਅਫਸੋਸ ਕਰ ਰਿਹਾ ਸੀ ਜਾਂ ਕਹਿ ਰਿਹਾ ਸੀ ਜਾਂ ਅਪਸੈਟ ਕਰ ਰਿਹਾ ਸੀ। ਅੱਛਾ ਜੀ ਅਤੇ ਕੀ ਕਹੋਗੇ ਇਕਲੌਤੇ ਬੱਚੇ ਨੇ ਕਿ ਇੱਕ ਬੱਚੇ ਨੇ ਆਪਣੇ ਜੀ? ਮੈਂ ਤਾਂ ਜੀ ਹੁਣ ਸਾਰਾ ਬੱਚਿਆਂ ਨੂੰ ਇਹੀ ਕਹਿੰਦਾ ਵੀ ਆਪਣੇ ਬੱਚੇ ਭੇਜੋ ਨਾ ਜੀ ਆਪਾਂ ਇੰਨੇ ਪਾਲ ਪੋਸ ਕੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪਾਲਦੇ ਹਾਂ ਅਤੇ ਜੇ ਭੇਜਣਾ ਤਾਂ ਉਹਨੂੰ ਵਧੀਆ ਡਿਗਰੀ ਪ੍ਰੋਪਰ ਕਰਾ ਕੇ ਭੇਜੋ। ਕੀ ਕਾਰਨ ਕੀ ਲੱਗਦਾ ਜੀ ਆਪਣੇ ਬੱਚਿਆਂ ਨੂੰ ਪੰਜਾਬੀਆਂ ਦੇ ਨਾਲ ਜਾਂ ਫਿਰ ਦਸਤਾਰਧਾਰੀਆਂ ਨਾਲ? ਹਾਂ ਜੀ ਉਹਨਾਂ ਨੂੰ ਪੱਗਾਂ ਵਾਲਿਆਂ ਨਾਲ ਨਫ਼ਰਤ ਆ ਜੀ ਜ਼ਿਆਦਾ ਤਾਂ ਸਾਨੂੰ ਜਿਹੜੇ ਹਿਸਾਬ 'ਚ ਲੱਗਿਆ ਵੀ ਸਾਡੇ ਬੱਚੇ ਨਾਲ ਇਹੀ ਕਾਰਨ ਹੋਇਆ ਵੀ ਉਹ ਪੱਗ ਬੰਨ੍ਹਦਾ ਦੀ ਪੱਗ ਕਰਕੇ ਨਫ਼ਰਤ ਨਾਲ ਹੀ ਹੋਇਆ ਜੀ। ਹਾਂ ਜੀ ਬਾਕੀ ਹੁਣ ਉੱਥੇ ਪਤਾ ਲੱਗੂ ਜੀ ਜਿਹੜੀ ਵੀ ਕੀ ਪੋਜੀਸ਼ਨ ਆ ਕੀ ਗੱਲ ਵਾ। ਆਰੋਪੀ ਨੂੰ ਸਖ਼ਤ ਲੱਗਦਾ ਸਜ਼ਾ ਤਾਂ ਜੋ ਹੋਰਾਂ ਨੂੰ ਪਤਾ ਲੱਗੇ ਜੀ? ਹਾਂ ਜੀ ਆਰੋਪੀ ਨੂੰ ਸਭ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਜੀ ਅਸੀਂ ਤਾਂ ਕਹਿੰਦੇ ਜੀ। ਪਤਾ ਲੱਗਾ ਕਿੱਥੇ ਦਾ ਰਹਿਣ ਵਾਲਾ ਸੀ? ਉਹ ਯੂਕਰੇਨ ਦਾ ਦੱਸ ਦਿੰਦੇ ਜੀ ਪੂਰਾ ਜਿਹਨੇ ਕਤਲ ਕੀਤਾ ਜੀ। ਹਾਂ ਜੀ ਹਾਂ ਜੀ ਇਹਦੇ ਬਾਰੇ ਦੇਖੋ ਜੀ ਦੁੱਖ ਤਾਂ ਸਾਡੇ ਸਾਰੇ ਪਿੰਡ ਨੂੰ ਆ ਸਾਰੇ ਇਲਾਕੇ ਨੂੰ ਆ ਲੇਕਿਨ ਜਿਸ ਤਰ੍ਹਾਂ ਅਸੀਂ ਬਾਹਰ ਨਫ਼ਰਤ ਹਿੰਸਾ ਦਾ ਸ਼ਿਕਾਰ ਹੋ ਰਹੇ ਹਾਂ ਤਾਂ ਸਾਨੂੰ ਆਪਣੇ ਫੈਸਲਿਆਂ 'ਤੇ ਆਪਣੇ ਬੱਚਿਆਂ ਨੂੰ ਭੇਜਣ ਬਾਰੇ ਪੁਨਰ ਵਿਚਾਰ ਕਰਨਾ ਚਾਹੀਦਾ ਵੀ ਕੀ ਅਸੀਂ ਉੱਥੇ ਜਾ ਕੇ ਸੇਫ ਵੀ ਹਾਂ। ਮੈਨੂੰ ਤਾਂ ਇੰਝ ਲੱਗਦਾ ਵੀ ਅਸੀਂ ਇੱਥੇ ਨਾਲੋਂ ਵੀ ਜ਼ਿਆਦਾ ਉੱਥੇ ਅਨਸੇਫ ਹਾਂ। ਇੱਥੇ ਦੀ ਇੱਥੇ ਤਾਂ ਇਹੋ ਜਿਹੀ ਘਟਨਾ ਕਦੇ ਸੁਣੀ ਨਹੀਂ ਕਿ ਪੰਜਾਬ 'ਚ ਕਿਸੇ ਬੱਚੇ ਨਾਲ ਹੋਏ ਨੇ। ਹੁਣ ਤੱਕ ਦੀਆਂ ਜੋ ਰਿਪੋਰਟਾਂ ਮਿਲੀਆਂ ਨੇ ਉਹਦੇ ਮੁਤਾਬਕ ਤਾਂ ਇਹ ਗੱਲ ਕਲੀਅਰ ਆ ਵੀ ਬੱਚਾ ਸਾਡਾ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਅਤੇ ਸਾਨੂੰ ਇਹਦੇ ਬਾਰੇ ਦੁਬਾਰੇ ਤੋਂ ਸੋਚਣਾ ਚਾਹੀਦਾ। ਆਪਣੇ ਬੱਚੇ ਅਸੀਂ ਭੇਜੇ ਹੋਏ ਨੇ ਸਾਰਿਆਂ ਨੇ ਅਤੇ ਵੀ ਇਹ ਸਾਡਾ ਕੀ ਭਵਿੱਖ ਹੈ ਇਹਦੇ ਬਾਰੇ ਪੁਨਰ ਵਿਚਾਰ ਦੀ ਜ਼ਰੂਰਤ ਹੈ ਸਾਨੂੰ। ਹਾਂ ਮਾਹੌਲ ਤਾਂ ਅਸਲ 'ਚ ਜ਼ਿੰਮੇਦਾਰੀ ਤਾਂ ਸਰਕਾਰ ਦੀ ਬਣੂਗੀ ਕਿਉਂਕਿ ਮਾਹੌਲ ਸਾਰਾ ਸਰਕਾਰ ਨੇ ਹੀ ਬਣਾਇਆ।
ਕਿਸੇ ਹੋਰ ਇਲਾਕੇ 'ਚੋਂ ਨਹੀਂ ਜਾ ਰਹੇ, ਪੰਜਾਬ 'ਚ ਕਿਉਂ ਜਾ ਰਹੇ ਨੇ? ਸਾਰਾ ਸਰਕਾਰ ਦਾ ਤੰਤਰ ਹੁੰਦਾ, ਕੁਛ ਸਿਕਿਉਰਿਟੀ ਏਜੰਸੀਆਂ ਰਾਹੀਂ ਕੁਛ ਇਹੋ ਜਿਹਾ ਮਾਹੌਲ ਬਣਾਉਂਦੇ ਨੇ, ਅਸੀਂ ਭੇਡ ਚਾਲ ਹੋ ਕੇ ਮਗਰ ਲੱਗ ਜਾਂਦੇ ਹਾਂ ਅਤੇ ਆਪਦੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਹਾਂ। ਇਹ ਸਾਰੇ ਸਰਕਾਰਾਂ ਦੀ ਕੰਮ ਨਹੀਂ ਜੀ, ਕੁਛ ਖੁਫੀਆ ਤੰਤਰ ਕਰਦਾ ਅਤੇ ਬਾਹਰ ਵੀ ਸੁਰੱਖਿਆ ਦੇਣਾ ਪੈਂਦਾ ਸਰਕਾਰਾਂ ਦਾ। ਬਾਹਰ ਤਾਂ ਦੇਖੋ ਜੀ, ਜਿੰਨੀ ਕੁ ਹੈਗੀ ਸੁਰੱਖਿਆ ਹੈਗੀ ਆ ਉਹਨਾਂ ਦੀ ਤਾਂ, ਅਤੇ ਉਹ ਉਹਨਾਂ ਦਾ ਸਿਸਟਮ ਆ, ਉਹ ਕਰ ਵੀ ਲੈਣਗੇ, ਹੈਂਡਲ ਵੀ ਕਰ ਲੈਣਗੇ, ਇਨਸਾਫ ਵੀ ਮਿਲ ਜਾਏਗਾ, ਲੇਕਿਨ ਬੱਚਾ ਤਾਂ ਵਾਪਸ ਨਹੀਂ ਆਏਗਾ। ਪਰ ਜਿਹੜੀ ਉੱਥੇ ਨਫ਼ਰਤੀ ਹਿੰਸਾ ਤਾਂ ਉਹਦਾ ਤਾਂ ਕੋਈ ਜਵਾਬ ਨਹੀਂ ਨਾ ਹੈ, ਉਹਦਾ ਤਾਂ ਕੋਈ ਹੱਲ ਨਹੀਂ, ਸਰਕਾਰ ਉਹਦੀ ਕੋਈ ਸਿਕਿਉਰਿਟੀ ਨਹੀਂ ਕਰ ਸਕਦੀ। ਹਾਂਜੀ, ਇਸ ਹਲਕੇ 'ਚ ਦੂਸਰੀ ਡੈਥ ਆ ਅਤੇ ਲਗਭਗ ਇੱਕੋ ਹੀ ਗੱਲ ਹੈ ਦੋਨਾਂ ਦੇ ਵਿੱਚ। ਹਾਂ, ਉਸੇ ਤਰ੍ਹਾਂ ਇੱਕੋ ਤਰੀਕੇ ਨਾਲ ਕਤਲ ਹੋਇਆ ਅਤੇ ਇੱਕੋ ਹੀ ਕਾਰਨ ਲੱਗਦੇ ਨੇ ਦੋਨਾਂ ਦੇ ਵਿੱਚ। ਬਿਲਕੁਲ, ਮੈਨੂੰ ਤਾਂ ਟੋਟਲੀ ਇਹ ਨਫ਼ਰਤ ਦਾ ਸ਼ਿਕਾਰ ਹੋਇਆ ਲੱਗਦਾ ਸਾਡਾ ਬੱਚਾ। ਹਾਂ, ਇਹ ਵੀ ਕਾਰਨ ਹੋ ਸਕਦਾ ਉਹਨੂੰ ਮੁਸਲਮਾਨ ਸਮਝ ਕੇ ਅਤੇ ਹਿੰਸਾ ਦਾ ਸ਼ਿਕਾਰ ਹੋਇਆ ਹੋਵੇ, ਲੇਕਿਨ ਹੈ ਚਾਹੇ ਕਾਰਨ ਕੁਛ ਵੀ ਹੈ ਤਾਂ ਨਸਲੀ ਹਿੰਸਾ ਹੀ ਨਾ, ਚਾਹੇ ਪੰਜਾਬੀ ਹੋਣ ਵਜ੍ਹਾ ਕਰਕੇ, ਚਾਹੇ ਸਿੱਖ ਹੋਣ ਵਜ੍ਹਾ ਕਰਕੇ, ਮੁਸਲਮਾਨ ਕਰਕੇ, ਏਸ਼ੀਅਨ ਕਰਕੇ, ਕੋਈ ਵੀ ਕਾਰਨ ਹੋ ਸਕਦਾ, ਲੇਕਿਨ ਅਲਟੀਮੇਟਲੀ ਤਾਂ ਨਫ਼ਰਤੀ ਹਿੰਸਾ ਹੈ।